जेड़ा तेरा ये क्या नाम, अरे जे मेरी जोगी, हाँ इसमें जे तो जे था मतलब किसी कुड़ी का थाने ब्याह ब्याह करवाया अभी, अरेंज मैरिज, जेडे बुजुर्ग उन्होंने सारा कुछ करका, भी कुड़ी ने चाह पसंद भी नहीं है, चाहे उसका मन भी नहीं है ब्याह का, फिर भी उन्हें करवा दिया। जे उसके बाद भी कुड़ी तंग हो रही है ना, फिर ने न्यूआ भी जे कुड़ी तंग कर रहे, और हर महीना चार पांच बुजुर्ग इकट्ठे होकर जा रहे महा, इसकी इनकी उसी उस महा अभी देखा आई आन दी करा रखी ना उन्होंने महा सी, हाँ, चाहे चाहे मैंने बंद तू परेशान कर ले मेरे यारो, हाँ। चाहे वो कुट खा के रहती है फिर वापस आई कि नहीं ना, हाँ। आई नहीं, बस फिर आ दिया वो तो कहते भी ले जाओ अपनी शादी रखी नहीं, फिर मही उन्होंने आए इन्नी से तीन टूटन दिंदे मही हाँ। रखी नहीं उन्होंने टूटन नहीं दिंदे ਉੱਥੇ ਸੰਗੀ ਕੁੱਟੀ ਪਈ ਆ ਉਹਦੀ, ਤੁਸੀਂ ਘਰ ਨਹੀਂ ਟੁੱਟਣ ਦਿੰਦੇ ਆ ਜੀ ਪੰਜਾਬ 'ਚ ਲਾਈਕ ਲੇਟ 2000 'ਚ 2002-2010 ਦੇ ਵਿੱਚ ਵਿੱਚ ਜਦੋਂ ਦਾਜ ਪਲੱਸ ਮਿੱਟੀ ਦਾ ਤੇਲ ਪਾ ਕੇ ਅੱਗ ਲਾਉਣ ਵਾਲੀ ਖਬਰਾਂ ਕਿੰਨੀਆਂ ਆ ਗਈਆਂ ਸੀ ਉਦੋਂ, ਬਹੁਤ ਤੇ ਉਦੋਂ ਫਿਰ ਕਈ ਵਾਰੀ ਕੀ ਹੁੰਦਾ ਸੀ, ਇੱਕ ਵਾਰੀ ਸਾਡੇ ਉੱਧਰ ਦੀ ਖਬਰ ਹੈ ਮਤਲਬ ਕਿ ਨਾ ਕਿ ਐਕਚੁਅਲੀ ਉਹਦੇ ਘਰ ਦੇ ਮੁੰਡੇ ਦੇ ਘਰ ਦੇ ਤੰਗ ਨਹੀਂ ਕਰਦੇ ਸੀ ਕੁੜੀ ਨੂੰ, ਠੀਕ ਹੈ, ਪਰ ਉਹ ਮਤਲਬ ਕਿਸੇ ਗੱਲ ਵਿੱਚ ਸੱਸ ਨਾਲ ਨਹੀਂ ਬਣਦੀ ਸੀ, ਪਤਾ ਨਹੀਂ ਕੰਮ ਪਿੱਛੇ ਜਾਂ ਜੋ ਵੀ ਕਿੱਥੇ, ਕਿਉਂਕਿ ਫਿਰ ਐਟ ਦੀ ਐਂਡ ਹੁੰਦਾ ਵੀ ਸਾਡੇ ਕੋਲ ਦੋ ਸ਼ਾਹੀ ਹੁੰਦਾ ਮੈਂ ਦਹੇਜ ਮੰਗਦੇ ਨੇ ਜੀ, ਉਹਨੂੰ ਮਜ਼ਾਕ ਮਜ਼ਾਕ ਚ ਆਪਦੇ ਮਿੱਟੀ ਦਾ ਤੇਲ ਪਾ ਕੇ ਉਹਨਾਂ ਨੂੰ ਡਰਾਉਣਾ ਚਾਹੁੰਦੀ ਸੀ, ਐਕਚੁਅਲੀ ਮੱਚ ਗਈ ਉਹ ਤੇ ਤੇ ਉਹ ਉਧਰੋਂ ਐਕਸਪੈਰੀਮੈਂਟ ਫੇਲ 404 ਉਧਰੋਂ ਤੇਰਾ ਓਬਵੀਅਸਲੀ ਜਦੋਂ ਕੁੜੀ ਮੱਚ ਗਈ ਮਰ ਗਈ ਯਾਰ ਉਹਦਾ ਸਾਰਾ ਪਰਿਵਾਰ ਚੱਕ ਲਿਆ ਮੁੰਡੇ ਵਾਲਿਆਂ ਦਾ, ਕਿਉਂਕਿ ਉਹਨਾਂ ਨੇ ਕਿਹਾ ਵੀ ਕਿਉਂਕਿ ਫੋਨ ਕਰਕੇ ਕਰੀ ਜਾਂਦੀ ਸੀ ਮੈਨੂੰ ਦਾਜ ਵਾਸਤੇ ਕਹਿੰਦੇ, ਮੈਨੂੰ ਦਾਜ ਵਾਸਤੇ ਕਹਿੰਦੇ ਨੇ ਤੇ ਉਹਦਾ ਜਦੋਂ ਗਵਾਹੀਆਂ ਗਵਾਈਆਂ ਜਿਹੀਆਂ ਪਈਆਂ ਤਾਂ ਉਹਨਾਂ ਦੇ ਗਵਾਂਢੀਆਂ ਨੇ ਆ ਕੇ ਦੱਸਿਆ ਵੀ ਦੇਖੋ ਜੀ ਵੀ ਇਹੋ ਜਿਹਾ ਕੁਛ ਨਹੀਂ ਹੈਗਾ ਵੀ ਦਾਜ ਦੂਜ ਵਾਲੇ ਦੇ ਮੰਗਣ ਵਾਲੇ ਬੰਦੇ ਨਹੀਂ ਸੀ ਇਹ, ਵੀ ਇਹ ਤਾਂ ਇਹਨਾਂ ਦੀ ਇਹ ਦੋਨੇ ਆਪਸ 'ਚ ਲੜਦੀਆਂ ਸੀਗੀਆਂ ਤੇ ਇਹ ਵੀ ਇਹਨੇ ਪਹਿਲੀ ਵਾਰੀ ਤੇਲ ਨਹੀਂ ਪਾਇਆ ਆਪਦੇ ਤੇ, ਇਹਨੇ 3-4 ਵਾਰ ਪਹਿਲਾਂ ਵੀ ਕਰਿਆ ਸੀ ਵੀ ਐਤਕੀ ਅੱਗ ਲੱਗ ਗਈ, ਬਸ ਠੀਕ ਤਿੰਨ ਚਾਰ ਕੇਸ ਦੇਖੇ ਆਪਣੇ ਗਾਂ ਗੂ ਮਾਈ ਵੀ ਆਪਣਾ ਮੈਂ ਸੁਣਾਈ ਵੀ ਤੇ ਸ਼ਾਇਦ ਉਦਣ ਵਿਆਹ ਵੀ ਸਾਰਾ ਉਸਨੇ ਬਰਾਤ ਰੋਟੀ ਵੀ ਖਾ ਲਈ ਸਾਰਾ ਕੁਛ ਹੋ ਗਿਆ, ਵਰਮਾਲਾ ਕੇ ਟਾਈਮ ਛੋਕਰੀ ਕਹਾ ਕਹਾ ਮੈਂ ਤਾਂ ਫੁੱਲਾਂ ਨਹੀਂ ਪਵਾਉਂਗੀ ਆ ਵਰਮਾਲਾ, ਉਹ ਪਲਾਸਟਿਕ ਕੇ ਫੁੱਲ ਹੋਵਾਂ ਜਿਹੜੇ ਸੰਡੇ ਦਾ ਦਿਨ ਕਹਾ ਕਹਾ ਵੀ ਤੂੰ ਪਵਾਗਾ ਪਰਾਂ ਉਹ ਬੁੱਗੇ, ਉਹ ਕਹਾ ਮੈਂ ਤਾਂ ਫੁੱਲਾਂ ਨਹੀਂ ਪਵਾਉਂਗੀ ਨਹੀਂ ਰਹਿਣ ਦਿਓ, ਫਿਰ ਕਹਾ ਅੱਛਾ ਅਸਲੀ ਫੁੱਲਾਂ ਦੇਖੀ ਮੁੰਡੇ ਵਾਲੇ ਫੇਰਿਆਂ ਤੇ ਥਾਰ ਦੀ ਚਾਬੀ ਮੰਗ ਲੈਣਾ ਉਹ ਅੱਗੇ ਗਲਤ ਗੱਲ ਹੈ, ਕੁੜੀ ਜੇ ਕਹਿ ਦੇ ਵਰਮਾਲਾ ਨੂੰ ਵੀ ਨਾ ਕਹੇ ਸਾਲੇ ਬੈਕਵਰਡ ਸੋਚਦੇ ਮਾਲਕ ਬੁੱਢੇ ਕੋਈ ਡ੍ਰੀਮ ਨੇ ਯਾਰ, ਇਹਨਾਂ ਦੇ 90% ਹਰਾਂ ਨੂੰ ਸਕੋਰਪੀਓ ਮਿਲਦੀ ਤਾਂ ਜਮਾ ਫੇਰਿਆਂ ਤੇ ਜਾ ਕੇ, ਮੈਂ ਉਹੀ ਤਾਂ ਕਹਿ ਰਿਹਾ ਥਾਰ ਨਹੀਂ ਸਕੋਰਪੀਓ ਹੋਊਗਾ, ਹਾਂ ਸਕੋਰਪੀਓ, ਹਾਂ ਉਹ ਥਾਰ ਤੂੰ ਰਹਿ ਤਾਂ ਇਹਨਾਂ ਇਹਨਾਂ ਥਾਰ ਤੂੰ ਰਹਿ ਤਾਂ ਚੱਲ ਠੀਕ ਆ ਥਾਰ ਮੰਗ ਲਈ, ਹਾਂ ਚਾ ਬਾਰ ਮਾਲਾ ਮੰਗ ਲਈ, ਫਿਰ ਉਸਕੇ ਬਾਅਦ ਬਰਾਤ ਵੀ ਤਾਂ ਕੁੱਟੀ ਪਈ, ਬਰਾਤ ਕੁੱਟਣੇ ਕਿਆ ਮਤਲਬ ਖੜਾ ਖੜਾ ਕਾ ਪੇਲੇ ਪਹਿਲਾਂ ਪੂਰਾ ਖੜਾ ਦਾਰੂ ਦੂਰੀ ਪਲਾਗਾ ਉਹ ਸੋਚੀ ਨਹੀਂ ਯਾਰ, ਦੇਖ ਬਰਾਤ ਵਾਲਾ ਦਾਰੂ ਪਲਾ ਕੇ ਹੂਰੇ ਮਾਰੇ, ਬਰਾਤ ਵਾਲਾ ਤਾਂ ਕੁਆਇੰਟ ਹਾਊਸ ਹੁੰਦਾ ਹੈ, ਫਿਰ ਬਾਅਦ ਪਤਾ ਲੱਗ ਗਿਆ ਛੋਕਰੀ ਐਸੀ ਹੋਵਾ ਪਹਿਲਾਂ ਵੀ ਇਸਕਾ ਇਸ ਤਰ੍ਹਾਂ ਵਿਆਹ ਕਰਾ ਲਿਆ ਕਿਸੀ ਗਿਲ, ਉਹ ਘਰ ਵਾਲਿਆਂ ਨੇ ਕੰਮ ਹੀ ਖੋਲਿਆ ਹੋਵਾ ਕਈਆਂ ਨੇ, ਉਹ ਕਹਿੰਦੇ ਆ ਵੀ ਦਹੇਜ ਮੰਗ ਰਿਹਾ ਫਿਰ ਉਹ ਪੈਸੇ ਮੱਟ ਲਿਆ, ਬਿਜਨਸ ਹੈ ਬਿਜਨਸ, 4 ਲੱਖ ਰੁਪਏ ਲੱਗੇ ਵਿਆਹ ਮੈਂ ਛੋਕਰੀ ਵਾਲੇ ਵਿਚਾਰੇ 4 ਲੱਖ ਰੁਪਏ ਬਿਜਨਸ ਹੈ ਨੀ, ਲੋਕਾਂ ਨੇ ਆਪਣੀ ਸਾਰੀ ਜ਼ਿੰਦਗੀ ਇਸੇ ਚੀਜ਼ ਤੇ ਲਾ ਰੱਖੀ ਹੈ, ਹੋਰ ਗਿਆ ਸਾਡਾ ਵਿਆਹ ਕਰਾਓ ਵਾਰੀ ਵਿਆਹ ਹੋਇਆ ਹੁਣ ਤੱਕ ਨਹੀਂ ਲੋਟ ਆ ਰਿਹਾ, ਹੁਣ ਦਾ ਬਿਜਨਸ ਮਾਡਲ ਆ ਕੇ ਹੁੰਦਾ ਹੋਇਆ ਓਏ ਆਹ, ਫਿਰ ਤਾਂ ਹੀ ਤਾਂ ਹਜੇ ਤੱਕ ਨਹੀਂ ਲੋਟ ਆ ਰਿਹਾ, ਕਹਿੰਦੇ ਇਹ ਵੀ ਨਹੀਂ ਮੇਰਾ ਕੁਝ ਬਣ ਪਾ ਰਿਹਾ, ਮੈਂ ਬਹੁਤ ਖੁਸ਼ ਹਾਂ ਵੀ ਵਿਆਹ ਕਰਾ ਪ੍ਰੋਗਰਾਮ ਹੋਏ ਹਜੇ ਤੱਕ ਨੀ ਲੋਟ ਆ ਰਿਹਾ, ਟੈਂਟ ਵਾਲੇ ਦਾ ਕੁਛ ਹੋ ਜਾਂਦਾ, ਕਦੀ ਗੁਰਦੁਆਰੇ ਵਾਲੇ ਦੇ ਭਾਂਡੇ ਫੇਰ ਹੋ ਜਾਂਦੇ ਆ ਵੀ ਉਦੋਂ ਹਜੇ ਤੱਕ ਲੋਟ ਨੀ ਆ ਰਿਹਾ, ਲੋਕ ਐਂ ਹਰੇਕ ਮਹੀਨੇ ਵਿਆਹ ਕਰਾਓ 2-3 ਮਹੀਨੇ ਠੀਕ ਰਹੋ ਆਪਣਾ, 4th ਮਹੀਨੇ ਆਪਣਾ ਉਹਨੂੰ ਕਹਿ ਦਿਓ ਵੀ ਘਰਕਿਆਂ ਨੂੰ ਆਪਣੇ ਕੁੜੀ ਕੇ ਨੂੰ ਪਹਿਲਾਂ ਉਹ ਐਕਸਪਲੇਨ ਕਰ ਵੀ 2-3 ਮਹੀਨੇ ਰੋਟੀ ਪਾਣੀ ਆਪਣਾ ਖਾ ਲਿਓ ਚੰਗੇ ਤਰੀਕੇ ਨਾਲ, ਫਿਰ ਆਪਣੇ ਘਰ ਰੋਟੀ ਪਾਣੀ ਕੇ ਬਾਅਦ ਤੂੰ ਸ਼ਾਮ ਤੇ ਆ, ਸ਼ਾਮ ਤੂੰ ਮੇਨ ਗੱਲ ਤੇ ਆ, ਸੰਜ ਨੂੰ ਆਪਣਾ ਆਰਾਮ ਤੇ ਫਰਾਟਾ ਲਾ ਕੇ ਬਾਹਰ ਮੱਛਰ ਦਾ ਨਹੀਂ ਲਾ ਕੇ ਸੋ ਜਾਓ, ਫਿਰ ਆਪਣੇ ਘਰਾਂ ਫੋਨ ਕਰ ਦਿਓ 4-5 ਮਹੀਨੇ ਬਾਅਦ ਵੀ ਡੈਡੀ ਕਾਹਦਾ ਟਾਈਮ ਹੋ ਗਿਆ, ਵੀ ਮੈਨੂੰ ਕਹਿ ਦਿਓ ਵੀ ਰੈਂਡਮਲੀ ਕਿੰਨਾ ਔਖਾ ਲੱਗਦਾ ਉਹ ਵੀ ਜਿਵੇਂ ਹੁਣ ਸਾਰਾ ਕੁਛ ਸਹੀ ਚੱਲ, ਕੁਛ ਵੀ ਲੜਾਈ ਪਾ ਲਿਓ ਯਾਰ ਆਪਣਾ ਆਰਾਮ ਤੇ ਘਰਾਂ ਫੋਨ ਕਰ ਕਹਿ ਦਿਓ ਵੀ ਪ੍ਰੀਤੀ ਤਾਂ ਬਹੁਤ ਤੰਗ ਕਰਦੀ ਹੈ,
फिर सीधा किसी भी बात पर लड़ाई पा का फिर अपना कह रही मैं अपना घर जा रही हूँ फिर घर से वापस आनी नहीं है उसने फोन करके कह देंगे क्या नाम अपना दहेज का थारे परचा पारे नहीं उसने 4 लाख रुपए मारे दो 1.5 लाख रुपए को ब्याह लगे हुआ अपना 4 लाख मैंने 1.5 लग गए ₹2.5 लाख मतलब गोरिया धक्का कर रहे पर एक फैक्ट है फेमिनिज्म बारे फेमिनिज्म मूवमेंट शुरू पता किने करी सी किसे बंदे ने ते ओ उन्हें लेडीज ने कहा भी सोतो आपके हक नहीं ले सो मैं दादा हक के मिलाई दे फिर उन्हें ਉਹ ਜੀ ਦੱਸੀ ਵੀ ਤੁਸੀਂ ਜਿਹੜੇ ਇਹਨਾਂ ਨੇ ਕਰਨਾ ਕਿਹਾ ਉਸ ਮਾਂ ਜਿਹੜੇ ਬੰਦਨ ਇਹਨਾਂ ਨੇ ਬਣਾਏ ਨੇ ਠੀਕ ਹੈ ਵੀ ਉਹ ਤੁਸੀਂ ਤੋੜਨੇ ਕਿਵੇਂ ਨੇ ਜਿਵੇਂ ਉਹਨਾਂ ਸੋਸਾਇਟੀ 'ਚ ਵੀ ਜਿਹੜੀ ਵੂਮੈਨਸ ਸੀ ਓਵਰ ਡਰੈਸਡ ਹੁੰਦੀਆਂ ਸੀ ਉਹ ਕੰਮ ਕੁੰਮ ਨਹੀਂ ਕਰਦੇ ਵੀ ਉਹਨਾਂ ਨੂੰ ਨਾਰਮਲ ਸੋਸਾਇਟੀ 'ਚ ਰਹਿਣ ਵਾਸਤੇ ਐਕਸਟਰਾ ਕੱਪੜੇ ਪਾਉਣੇ ਪੈਂਦੇ ਸੀ ਉਹ ਜਦੋਂ ਇੰਗਲੈਂਡ ਆਸਟ੍ਰੇਲੀਆ ਤੁਸੀਂ ਉਹਨਾਂ ਦੇ ਪੁਰਾਣੇ ਕੱਪੜੇ ਦੇਖੇ ਜਿਹੜੇ ਵੀ ਉਹ ਕਿੰਨਾ ਕੁਝ ਬੰਦੀਆਂ ਸੀ ਰਾਈਟ ਹਾਂ ਤੇ ਉਹਨਾਂ ਨੇ ਕਿਹਾ ਵੀ ਪਹਿਲਾਂ ਆਹ ਸਾਈਕਲ ਤੋੜੋ ਤੁਸੀਂ ਠੀਕ ਹੈ ਤੇ ਉਹ ਚੀਜ਼ ਨੂੰ ਗਲਤ ਮਿਸ ਮਤਲਬ ਮਿਸ ਇੰਟਰਪ੍ਰੀਟ ਕਰਕੇ ਇਹਨਾਂ ਨੇ ਕੀ ਬਣਾ ਲਿਆ ਵੀ ਜਮਾ ਹੀ ਲਾ ਦਿਓ ਜਿਹੜੇ ਪਾਏ ਹੋਏ ਨੇ ਤੇ ਕਿਉਂਕਿ ਇਹ ਹੁੰਦਾ ਨਾ ਵੀ ਜਿਹੜੀ ਮੂਵਮੈਂਟ ਹੈ ਅੱਛਾ ਇਹਨੂੰ ਕਹਾ ਫੈਮਿਨਿਜ਼ਮ ਹੈਗੀ ਆ ਵੀ ਇਕੁਐਲਿਟੀ ਇਕੁਐਲਿਟੀ ਵੀ ਜੇ ਤੂੰ ਸੜਕ ਤੇ ਤੁਰਿਆ ਜਾਂਦਾ ਤੇ ਉਧਰ ਕੁੜੀ ਸੜਕ ਤੇ ਤੁਰੀ ਜਾਂਦੀ ਤਾਂ ਦੋਨਾਂ ਨਾਲ ਸੇਮ ਬਿਹੇਵ ਹੋਵੇ ਠੀਕ ਹੈ ਪਰ ਹੁਣ ਕੀ ਹੈ ਕਿਉਂਕਿ ਜਿਹੜੀਆਂ ਵੈਸਟਰਨ ਸੋਸਾਇਟੀ ਨੇ ਇੰਨੀਆਂ ਪ੍ਰਿਵਿਲੇਜਡ ਹੋ ਗਈਆਂ ਸੇਮ ਸੋ ਬੇਵ ਕਦੀ ਕਿਸੇ ਕੇ ਲਈ ਹੋਏ ਕਰਦੇ ਸੇਮ ਹੋਵੇ ਉਹ ਤਾਂ ਆਬਵੀਅਸਲੀ ਨਹੀਂ ਹੋ ਸਕਦਾ ਯਾਰ ਹੁਣ ਮੇਰੀ ਗੱਲ ਸੁਣਾ ਜੋ ਗਾਇਆ ਤਾਂ ਇਕੁਐਲਿਟੀ ਸਭ ਤੋਂ ਬੜਾ ਪ੍ਰੋਗਰੈਸ ਕੰਟਰੀ ਦਾ ਅੱਜ ਦੇ ਟਾਈਮ ਤੇ ਕੰਟਰੀ ਕਹਿੰਦਾ ਸੈਂਚੂਰੀ ਦਾ ਅੱਜ ਦੇ ਟਾਈਮ ਤੇ ਪ੍ਰੋਬਲਮ ਇਹ ਮੰਨ ਲਓ ਯਾਰ ਥਮ ਆਪਣੇ ਸਮਝ ਲਓ ਥਾਨੇ ਸਰਜੀਤ ਨੇ ਕੰਪਨੀ ਖੋਲੀ ਵੀ ਆ ਇਸ ਦੀ ਕੰਪਨੀ ਮੈਂ 4 ਛੋਕਰੇ ਕੰਮ ਕਰ ਰਹੇ 4 ਕੁੜੀਆਂ ਕੰਮ ਕਰ ਰਹੀ ਕੁੜੀਆਂ ਨੂੰ ਛੋਕਰਿਆਂ ਤੇ ਜ਼ਿਆਦਾ ਆ ਵਾ ਕੁੜੀਆਂ ਸਾਰੇ 50-50 ਹਜ਼ਾਰ ਲੈ ਰਹੀ ਆ ਛੋਕਰੇ ਇਹਨੇ 10-10 ਹਜ਼ਾਰ ਪਰ ਰੱਖੇ ਵੇ ਛੋਕਰੇ ਨੂੰ ਆਉਂਦਾ ਹੀ ਨਹੀਂ ਕੁਛ ਇਸ ਤਰ੍ਹਾਂ ਜਦ ਕੁੜੀਆਂ ਨੂੰ ਨਹੀਂ ਕੁਛ ਆਉਂਦਾ ਉਹ ਛੋਕਰੇ ਨੂੰ ਮਿਲਦਾ ਹੀ ਜ਼ਿਆਦਾ ਠੀਕ ਵਾਲੇ ਨਹੀਂ ਕਿਹਾ ਉਹ ਇਹ ਛੋਕਰਾ ਉੱਠ ਕੇ ਕਹਦੇ ਵੀ ਸਾਨੂੰ ਬਰਾਬਰ ਦੀ ਸੈਲਰੀ ਹਾਂ ਛੋਕਰੇ ਉੱਠ ਕੇ ਕਹਦੇ ਯੋ ਕਾ ਸਾਡਾ ਲੱਪੜਦਾ ਕਰਨੇ ਕੰਮ ਤੈਨੂੰ ਆਉਂਦਾ ਨਹੀਂ ਹੈ ਇਹੀ ਚੀਜ਼ ਸੇਮ ਕੁੜੀਆਂ ਕੇ ਕਰਦੇ ਕੁੜੀਆਂ ਦਾ ਮਾਰੀ ਗਲ ਧੱਕਾ ਹੋ ਰਿਹਾ ਧੱਕਾ ਕਿਸ ਚੀਜ਼ ਕਾ ਹੋ ਰਿਹਾ ਵੀ ਹਾਂ ਫਿਰ ਇਕੁਐਲਿਟੀ ਨਹੀਂ ਹੈ ਨਹੀਂ ਹੈ ਇਕੁਐਲਿਟੀ ਦਾ ਜੋਕ ਆ ਉਹ ਤਾਂ ਆਬਵੀਅਸਲੀ ਜੋਕ ਹੈ ਯਾਰ ਆਬਵੀਅਸਲੀ ਇੰਸਟਾਗ੍ਰਾਮ ਤੇ ਰੀਲ ਹੀ ਚੱਕ ਲਈ ਸੀ ਉਹ ਨਾ ਕੋਈ ਹਾਲੀਵੁੱਡ ਦਾ ਸ਼ੋਅ ਆ ਉਹਨੂੰ ਪੁੱਛਦਾ ਕਹਿੰਦਾ ਵੀ ਯੂ ਨੋ ਵਾਟ ਇਜ਼ ਸਿਮਿਲਰ ਵਾਟ ਇਜ਼ ਡਿਫਰੈਂਸ ਬਿਟਵੀਨ ਨਾਈਫ ਐਂਡ ਫੈਮਿਨਿਜ਼ਮ ਉਹ ਕਹਿੰਦੀ ਵਟ ਕਾਇੰਡ ਆਫ ਕੁਐਸਚਨ ਇਜ਼ ਦਿਸ ਕਹਿੰਦੀ ਵਟ ਇਜ਼ ਬੀ ਆਨਸਰ ਟੂ ਦਿਸ ਕੁਐਸਚਨ ਐਟਲੀਸਟ ਨਾਈਫ ਹੈਜ਼ ਅ ਪੁਆਇੰਟ
ਉਹ ਠੀਕ ਹੈ ਪਰ ਜਦੋਂ ਮੂਵਮੈਂਟ ਸ਼ੁਰੂ ਹੋਈ ਸੀ ਉਦੋਂ ਠੀਕ ਸੀ ਪਰ ਉਦੋਂ ਬਾਅਦ ਇੰਟਰਪ੍ਰੇਟ ਕਰਦੇ ਕਰਦੇ ਹੁੰਦੇ ਨਾ ਕਿ ਹਰੇਕ ਚੀਜ਼ ਉਪ ਜਿਹੜੀ ਚੀਜ਼ ਓਪਨ ਇੰਟਰਪ੍ਰੀਟੇਸ਼ਨ ਹੋਵੇ ਨਾ ਤੇ ਹੁਣ ਤਾਂ ਹਰੇਕ ਪਾਸੇ ਇਕੁਐਲਿਟੀ ਯਾਰ ਮੈਂ ਨਹੀਂ ਮੰਨਦਾ ਵੀ ਕਿਤੇ ਮਿਲਦੀ ਨਹੀਂ ਹੈਗੀ ਹੁਣ ਜੇ ਤੁਸੀਂ ਆਪ ਹੀ ਲਾਇਕ ਨਹੀਂ ਹੋਏਗੇ ਉਹ ਚੀਜ਼ ਦੇ ਤਾਂ ਫਿਰ ਤਾਂ ਕਿੱਥੇ ਮਿਲੂ ਤਾਂ ਪਿੰਡਾ ਪੁੰਡਾ ਮੈਂ ਦੇਖ ਲੇ ਮਤਲਬ ਕੀ ਸੀ ਕੋਈ ਨੀ ਹੈ ਜਿਹੜਾ ਨਹੀਂ ਕਹਾ ਵੀ ਤਾਂ ਜੀਨਸ ਨਾ ਪਾਵਾ ਜਾਂ ਟੋਪ ਨਾ ਪਾਵਾ ਜਾਂ ਸੂਟਾਂ ਨਹੀਂ ਰਹਿ ਸਾਰੀ ਕੁੜੀਆਂ ਜੀਨਸ ਜੂਸ ਵਧੀਆ ਤਰੀਕੇ ਦੇ ਪਾਈ ਵੀਰੀ ਜਾਂ ਕੋਈ ਨੀ ਉਹਨੂੰ ਕਹਿੰਦਾ ਕੁਛ ਜਿਹੜੇ ਉਹ ਲਾਈਕ ਸੋਸਾਇਟੀ ਮਾ 100 ਮਾ ਜਿਹੜੇ ਦੋ ਬੁੜੇ ਆ ਬੁੜੀਆਂ ਉਹ ਹਰੇਕ ਸੋਸਾਇਟੀ ਮਾ ਉਹ ਤਾਂ ਕਹਿਣੀ ਉਹ ਜੋ ਮਰਜ਼ੀ ਬਾਕੀ ਉਹ ਅਲੱਗ ਬਾਤ ਆ ਜੇ ਕਿਸੇ ਸੜਕ ਪਾ ਤੁਹਾਨੂੰ ਪਤਾ ਵੀ ਉਰਾ ਮੁੰਡੇ ਚੋਰੂ ਚੱਕੇ ਰਹਾ ਉਹ ਸੜਕ ਪਾ ਵੀ ਤੁਹਾਨੂੰ ਕੁਛ ਇਨ ਅਪਰੋਪਰੀਏਟ ਕੱਪੜੇ ਪਾ ਕੇ ਨਿਕਲਾਂਗੀ ਵੀ ਜੇ ਮੰਨ ਲੈ ਤੈਨੂੰ ਮੈਂ ਦੱਸਦਾ ਵੀ ਸਰਬਜੀਤ ਉਹ ਸੜਕ ਹੈ ਉੱਥੇ ਗੋਲੀ ਗੋਲੀ ਚੱਲਦੀ ਉਧਰ ਦੀ ਜਾਈ ਨਾ ਨਾਲ ਕਹੇ ਵੀ ਲੈ ਮੇਰਾ ਹੱਕ ਹੈ ਮੈਂ ਤਾਂ ਜਾਊਂਗਾ ਮੈਂ ਤਾਂ ਇਕੁਐਲਿਟੀ ਆ ਜਿੱਤਰੇ ਪਿਛਵਾੜੇ ਦੀ ਗੋਲੀ ਵੱਜੇ ਨਹੀਂ ਤੂੰ ਗਲਤ ਜਗ੍ਹਾ ਤੇ ਜਾਣਾ ਨਾ ਨਾ ਕਈ ਕੁੜੀਆਂ ਮੈਂ ਅਸੀਂ ਦੇਖੀ ਆ ਵੀ ਨਹੀਂ ਨਹੀਂ ਆਪਾਂ ਤਾਂ ਇਹੀ ਚੀਜ਼ ਕਰਾਂਗੀ ਜਿਹੜੀਆਂ ਜਿਹੜੀਆਂ ਇਨਫਲੂਐਂਸਰਾਂ ਦੀ ਆਪਾਂ ਗੱਲ ਕਰੀ ਸੀ ਉਹਨਾਂ ਦੀਆਂ ਫਾਲੋਅਰਸ ਨੇ ਉਹ ਜਿਹੜੀਆਂ ਇਨਫਲੂਐਂਸਰ ਆਈਆਂ ਨੇ ਇਹਨਾਂ ਚੋਂ ਇੱਕ ਦੋ ਆਪਦਾ ਪੋਡਕਾਸਟ ਹੈ ਉਹ ਵੀ ਹੁਣ ਫਿਰ ਤੁਸੀਂ ਕਹੋਗੇ ਵੀ ਉਧਰ ਕੀ ਥਣ ਫੜਨ ਜਾਂਦੇ ਸੀ ਮੈਂ ਸੁਣਿਆ ਪਰ ਉਹ ਕਿਆ ਕਹਾ ਮੈਂ ਵੀ ਗੱਲਾਂ ਕਰਦੇ ਨੇ ਕਿ ਮੈਰਿਜ 'ਚ ਤੁਸੀਂ ਹਮੇਸ਼ਾ ਦੂਜੇ ਬਾਰੇ ਸੋਚਦੇ ਹੋ ਸਿਰਫ ਆਪਦੇ ਬਾਰੇ ਸੋਚੋ ਥਿੰਕ ਅਬਾਊਟ ਯੂਅਰ ਸੈਲਫ ਥਿੰਕ ਮੈਂ ਫਿਰ ਓਬਵੀਅਸਲੀ ਫਿਰ ਤਾਂ ਤਲਾਕ ਹੋਊਗੀ ਤੁਹਾਡਾ ਘਰ ਵਾਲਾ ਕੰਮ ਕੁੰਮ ਕਰਕੇ ਆਇਆ ਠੀਕ ਹੈ ਉਸ ਨੂੰ ਕਹੇ ਵੀ ਰੋਟੀ ਤੁਸੀਂ ਕਹਾਂ ਬਣਾ ਲੈ ਜੇ ਮੁੰਡਾ ਕੰਮ ਕਰ ਰਿਹਾ ਮੁੰਡੇ ਕਿਸੇ ਕੁੜੀ ਵੱਲ ਵਿਆਹ ਹੋਇਆ ਕੁੜੀ ਨਹੀਂ ਕੰਮ ਕਰਦੀ ਤਾਂ ਉਹਨੂੰ ਰੋਟੀ ਬਣਾਉਣੀ ਪੜਾਗੀ ਸਾਫ ਬਾਤ ਆ ਮੁੰਡਾ ਬਣਾ ਕੇ ਦੇਊਗਾ ਹਾਂ ਨਾ ਮੁੰਡਾ ਦੇਖਾ ਜਿਸ ਤੱਕ ਮੈਂ ਤਾਂ ਕੁੜੀ ਆ ਮੈਂ ਨੀ ਫਿਰ ਜਿਹੜੀ ਮੈਰਿਡ ਲਾਈਫ ਹੈ ਨਾ ਠੀਕ ਹੈ ਮੈਰਿਡ ਲਾਈਫ 'ਚ ਇਹ ਹੈ ਵੀ ਤੁਹਾਨੂੰ ਦੋਨਾਂ ਨੂੰ ਬਰਾਬਰ ਦਾ ਕਰਨਾ ਪਊ ਤੁਸੀਂ ਜਿਹੜੇ ਐਜ਼ ਅ ਮੇਲ ਤੁਸੀਂ ਕੁਛ ਹੋਰ ਕਰੋਗੇ ਤੇ ਐਜ਼ ਅ ਫੀਮੇਲ ਤੁਸੀਂ ਕੁਛ ਹੋਰ ਕਰੋ ਸਹੀ ਬਾਤ ਔਰ ਜੇ ਤੁਹਾਡਾ ਰਿਲੇਸ਼ਨਸ਼ਿਪ ਇਹੋ ਜਿਹਾ ਹੈਗਾ ਵੀ ਹਾਂ ਜੇ ਕੁੜੀ ਕਹੇ ਵੀ ਮੈਂ ਕੰਮ ਨਹੀਂ ਕਰ ਸਕਦੀ ਰਾਈਟ ਤਾਂ ਤੁਸੀਂ ਪਹਿਲਾਂ ਇਹ ਗੱਲ ਖੋਲੋ ਇੱਕ ਦੂਜੇ ਨਾਲ ਵੀ ਦੇਖ ਯਾਰ ਮੈਨੂੰ ਰੋਟੀ ਬਣਾਉਣੀ ਆਉਂਦੀ ਨਹੀਂ ਫਿਰ ਚਲੋ ਆਪਣਾ ਹਾਂ ਵੀ ਉਹ ਹਿਸਾਬ ਨਾਲ ਅੱਗੇ ਆਪਦਾ ਡਿਸੀਜਨ ਕਰ ਸਮਾਨ ਬੈਕ ਸਿੱਧੀ ਸਿੱਧਾ ਸਾਫ ਕਰੋ ਫਿਰ ਆਪਣੇ ਟੱਚੀ ਕਰੋ ਬੈਕ ਦੇਖ ਲੈ ਵੀ ਦਾਜ ਨਾਲ ਹੀ ਮੋੜਨਾ ਹੈਗੇ ਇਕੱਲੇ ਕੱਪੜੇ ਮੋੜ ਆਪਣਾ ਟੱਚੀ ਕਰੋ ਬੈਕਰ ਚਲੋ ਹੁਣ ਜਿਵੇਂ ਯਾਰ ਸਾਡੀ ਰਿਸ਼ਤੇਦਾਰੀ ਚੱਲੀ ਆ ਉਹ ਕੁੜੀ ਸਰਕਾਰੀ ਵਕੀਲ ਹੈ ਠੀਕ ਹੈ ਤੇ ਹੁਣ ਆਬਵੀਅਸਲੀ ਯਾਰ ਉਹਨਾਂ ਦੇ ਉਹਦੇ ਘਰਦਿਆਂ ਨੇ ਪੜ੍ਹਾਈ ਹੋ ਰਿਹਾ ਵੀ ਪਲੱਸ ਟੂ ਤੱਕ ਵਧੀਆ ਸਕੂਲ 'ਚ ਪੜ੍ਹਾਈ ਆ ਉਦੋਂ ਬਾਅਦ ਤੇਰਾ ਜਿਹੜਾ ਵਕੀਲ ਕਰਨ ਵਾਸਤੇ ਕੀ ਕਰਨੀ ਪੈਂਦੀ LLB ਹਾਂ ਉਹਦੇ ਵਾਸਤੇ ਵਧੀਆ ਕਾਲਜ ਲਾਈ ਉਹਨਾਂ ਨੇ ਵਧੀਆ ਕਿਉਂਕਿ ਇਕੱਲੀਆਂ ਕੁੜੀਆਂ ਕੁੜੀਆਂ ਸੀ ਉਹਨਾਂ ਨੇ ਉਸ ਹਿਸਾਬ ਨਾਲ ਪੜ੍ਹਾਈ ਇਹ ਵੀ ਚੱਲ ਯਾਰ ਸਾਡੀ ਟੈਨਸ਼ਨ ਨਹੀਂ ਹੈ ਨਾ ਇੱਕ ਕੁੜੀ ਇਨਕਮ ਆਉਂਦਾ ਹੈ ਉਹ ਕਰੀ ਜਾਂਦੀ ਹੈ ਬਾਕੀ ਇਹਨਾਂ ਨੂੰ ਤਿੰਨਾਂ ਨੂੰ ਪੜ੍ਹਾ ਅਤੇ ਉਹਦੇ ਬਾਅਦ ਚੱਲ ਵਿਆਹ ਕਰਤਾ ਉਹਨਾਂ ਨੇ ਅਤੇ ਵਿਆਹ ਤੋਂ ਬਾਅਦ ਹੁਣ ਮੁੰਡਾ ਪਤਾ ਕੀ ਕਹਿੰਦਾ ਹੁਣ ਮੁੰਡਾ ਵੀ ਦੱਸਦਾ ਮੁੰਡਾ ਹੈਗਾ ਆਮ ਆਦਮੀ ਪਾਰਟੀ 'ਚ ਕੋਈ ਸੀਨੀਅਰ ਉਹ ਮਿਲੀ ਹੋਈ ਹੈ ਪੋਸਟ ਪੋਸਟ ਠੀਕ ਹੈ ਜਿਹੜਾ ਉਹਨੂੰ ਜ਼ਿਲ੍ਹਾ ਜ਼ਿਲ੍ਹਾ ਪ੍ਰਧਾਨ ਜੇ ਨਾ ਅਤੇ ਹੁਣ ਉਹ ਕਰਦਾ ਸੀ ਤੰਗ ਉਹਨੂੰ ਕਹਿੰਦਾ ਵੀ ਤੂੰ ਜਦੋਂ ਤੂੰ ਬਾਹਰੋਂ ਆਪਦਾ ਉਸ ਕੋਰਟ 'ਚੋਂ ਆਉਣੀ ਹੈ ਤਾਂ ਕਰਿਆ ਕਰ ਰੋਟੀ ਬਣਾਇਆ ਕਰ ਉਹ ਕਹਿੰਦੀ ਮੈਂ ਕਮਾਉਣਾ ਰੋਟੀ ਵੀ ਤੂੰ ਮੈਂ ਕਮਾਉਣੀ ਆ ਤੂੰ ਨਹੀਂ ਕਮਾਉਂਦਾ ਕੋਈ ਚੱਕਰ ਨਹੀਂ ਮੈਂ ਆਪਦੀ ਕਮਾਈ ਤੇ ਕੰਮ ਵਾਲੀ ਰੱਖ ਲੂੰ ਸਹੀ ਮੈਂ ਰੋਟੀ ਨਹੀਂ ਬਣਾ ਸਕਦੀ ਉਹਨੇ ਪਹਿਲੇ ਤੇ ਨਹੀਂ ਕਹਿਤਾ ਸੀ ਤੇ ਇਹ ਫਿਰ ਤਲਾਕ ਮੰਗਦਾ ਫਿਰਦਾ ਸੀ ਬਈ ਤਲਾਕ ਦਿਓ ਉੱਥੇ ਕਿਉਂਕਿ ਹੋਰ ਤਾਂ ਕੁਛ ਮਿਲਿਆ ਨਹੀਂ ਕੁੜੀ ਦੇ ਖਿਲਾਫ ਉੱਥੇ ਜੱਜ ਮੁਰੇ ਜਾ ਕੇ ਪਤਾ ਕੀ ਕਹਿੰਦਾ ਕਹਿੰਦਾ ਜੀ ਇਹਨੂੰ ਕਿਸੇ 'ਚ ਕੰਮ ਨਹੀਂ ਕਰਨਾ ਕਦੇ ਦਹੀਂ ਡੋਲਤੀ ਕਦੇ ਦਾਲ ਡੋਲਤੀ ਕਦੇ ਆਹ ਕਰਤਾ ਕਦੇ ਜਦ ਕਹਿੰਦੀ ਉਰਿਆਂ ਤੂੰ ਮੈਂ ਕਹਿੰਦੀ ਕੀ ਹੈ ਜਦੋਂ ਕਹਿੰਦਾ ਜੀ 35 ਸਾਲ ਕਹਿੰਦੀ ਫਿਰ ਦੋ ਤੈਨੂੰ ਕੁੜੀ ਨਹੀਂ ਮਿਲਦੀ ਇਹ ਨਹੀਂ ਸਮਝਦੀ ਹੈਗੀ ਕਹਿੰਦੀ ਜੇ ਇਹ ਤੂੰ ਦਹੀਂ ਡੋਲਦੀ ਆ ਫਿਰ ਤੂੰ ਸਾਫ਼ ਕਰ ਦੇ ਤੇਰਾ ਘੱਟ ਘੱਟ ਕਹਿੰਦੀ ਕਿੰਨੇ ਪੈਸੇ ਕਮਾਉਣਾ ਤੂੰ ਕਹਿੰਦਾ ਜੀ ਮੈਂ ਤਾਂ ਵੀ ਦੇਖ ਰਿਹਾ ਵੀ ਇੱਧਰ ਉੱਧਰ ਮੈਂ ਬਾਬਾ ਦੇਖਦਾ ਹੀ ਰਹਿ ਫਿਰ ਕਹਿੰਦੀ ਬਾਬਾ ਤੂੰ ਰਹਿਣ ਦੇ ਪੁੱਤ ਤੇਰਾ ਮੇਰੇ ਬਸ ਦੀ ਗੱਲ ਨਹੀਂ ਹੈ ਜੇ ਮੇਰੀ ਘਰ ਵਾਲੀ 50,000 ਰੁਪਏ ਕਮਾਵਾ ਮੈਂ 10,000 ਮੈਂ ਜਿਹੜੀ ਵੀ ਸਭ ਤੋਂ ਵਧੀਆ ਬਣਾਉਣੇ ਵਧੀਆ ਬਣਾ ਲਏ ਮੈਂ ਉਹ ਰੱਖੂਗਾ 40,000 ਬਚਰੇ ਮੇਰੇ ਆਰਾਮ ਨਾਲ ਤੂੰ ਉਹੀ ਤਾਂ ਗੱਲ ਕਰਦਾ ਮੈਂ 30,000 ਲਈ ਰੱਖੋ ਮੇਰੇ 20,000 ਬਚਰੇ ਯਾਰ ਇਹ ਤਾਂ ਐਕਚੁਅਲ ਚ ਇਹ ਤਾਂ ਪੁਆਇੰਟ ਹੈਗਾ ਹੀ ਹੈ 2,000-4,000 ਚ ਆ ਜਾਂਦੀ ਹੈ ਹਾਂ ਉਹਦਾ ਇਹ ਪਹਿਲਾਂ ਹੁੰਦਾ ਸੀ ਵੀ ਬੇਬਿਆਂ ਆਪਣੀਆਂ ਘਰੇ ਹੁੰਦੀਆਂ ਸੀ ਵੀ ਹੋਰ ਕੁਝ ਕਰਨਾ ਵੀ ਨਹੀਂ ਹੁੰਦਾ ਸੀ ਵੀ ਚੱਲ ਘਰ ਵਾਲਾ ਆਇਆ ਰੋਟੀ ਬਣਾ ਕੇ ਇਹਨਾਂ ਨੇ ਟ੍ਰੈਡੀਸ਼ਨ ਬਣਾ ਰੱਖਿਆ ਉਹ ਸਿੰਪਲ ਡਿਸਕਲੇਮਰ ਹੈ ਹਰੇਕ ਦਾ ਰਿਲੇਸ਼ਨਸ਼ਿਪ ਅਲੱਗ ਅਲੱਗ ਹੁੰਦਾ ਹੈ ਨਾ ਦੋ ਜਣੇ ਇਕੱਠੇ ਰਹਿੰਦੇ ਨੇ ਤਾਂ ਉਹ ਡਿਫਰੈਂਟ ਡਿਫਰੈਂਟ
ਡਿਫਰੈਂਟ ਸਰਕਮਸਟੈਂਸਸ ਰਹਿੰਦੇ ਨੇ ਆਪਦਾ ਸਮਝੌਤਾ ਪਹਿਲਾਂ ਕਰੋ ਵੀ ਕਿਹੜਾ ਕੀ ਕੰਮ ਕੀਤਾ ਤੁਸੀਂ ਤੁਹਾਨੂੰ ਇਨਫਲੂਐਂਸਰਾਂ ਮੰਗਰ ਲੱਗਣ ਦੀ ਲੋੜ ਨਹੀਂ ਤੁਹਾਨੂੰ ਬੜਾ ਸੈਲਫ ਲਵ ਕਰਨ ਦੀ ਲੋੜ ਨਹੀਂ ਸੈਲਫ ਲਵ ਚ ਫਿਰ ਹਾਥੀ ਪੱਲੇ ਰਹਿ ਜਾਂਦਾ ਹੁੰਦਾ ਠੀਕ ਹੈ ਫਿਰ ਸੈਲਫ ਲਵ ਫਿਰ ਆਪਣਾ ਉਹ ਬਣਾਓ ਜਿਹੜਾ ਉਹ ਕਿਉਂ ਵੀ ਫਿਰ ਸੱਜੇ ਵੀ ਆਪਣੇ ਆਪ ਵਿਆਹ ਕਰਾਈ ਸੱਜਾ ਖੱਬਾ ਹੱਥ ਦੋਨੇ ਯੂਜ਼ ਕਰਨਾ ਸਿੱਖ ਲਿਓ ਕਿਉਂਕਿ ਫਿਰ ਨਹੀਂ ਬਹੁਤ ਲੰਬਾ ਸਫ਼ਰ ਆ ਉਹ ਫਿਰ ਉਹ ਇੱਕ ਵੀਰ ਸੇ ਬਣ ਜੋ ਪਤਾ ਨਹੀਂ ਕਿਹਾ ਸੌਦਾ ਨਵਾਂ ਚੱਲਿਆ ਨਵਾਂ ਚੱਲਿਆ ਨਾਲ ਕੇ ਅਗਰ ਪਤਾ ਤੈਨੂੰ ਸਾਰਾ ਕੁਛ ਸਾਰਾ ਕੁਛ ਆਹੀ ਦੇਖਦਾ ਤੂੰ YouTube ਤੇ ਬੈਠ ਕੇ ਕੁਈਰ ਕੀ ਹੁੰਦੇ ਆ ਮੈਂ ਕਿ ਮੈਨੂੰ ਪਤਾ ਤਾਂ ਹੈ ਮੈਨੂੰ ਕਹਿੰਦਾ ਸੌਦਾ ਨਵਾਂ ਚੱਲਿਆ ਹਾਂ ਨਵਾਂ ਚੱਲਿਆ ਵੀ ਨਵਾਂ ਸੌਦਾ ਚੱਲਿਆ ਪਤਾ ਨਹੀਂ ਕਿਆ ਗਿਆ ਮੈਂ ਵੀ ਪਤਾ ਨਹੀਂ ਕਿਆ ਨਵਾਂ ਸੌਦਾ ਪਤਾ ਇਹਨੂੰ ਸਭ ਪੂਰਾ ਵਿਕੀ ਤੈਨੂੰ ਸਭ ਪਤਾ ਨਹੀਂ ਆਏ ਨਾ ਪੂਰਾ ਵਿਕੀਪੀਡੀਆ ਦੇ ਉੱਪਰ ਬਣ ਕੇ ਦੇਖ ਤੱਕ ਝੂਠ ਨਹੀਂ ਬੋਲੇ ਓਏ ਬੇਵਕੂਫੀ ਇਹ ਭਾਈ ਜੀ ਝੂਠ ਨਹੀਂ ਬੋਲੇ ਆਪਣੇ ਇੱਧਰ ਨਵਾਂ ਚੱਲਿਆ ਇੱਧਰ ਆਓ ਇੱਧਰ ਤੇ ਆਪਣੇ ਇੱਧਰ ਨਵਾਂ ਸੌਦਾ ਚੱਲਿਆ ਆਇਓ ਵੀ ਕੁਈਰ ਆ ਕਹਾ ਜੀ ਮੈਂ ਤਾਂ ਯੋ ਕਿਹਾ ਵਾ ਕਿ ਆ ਵੀ ਆਪਣੇ ਆਪ ਕੇ ਵਿਆਹ ਕਰਾਣਾ ਉਹ ਫਿਰ ਗਏ ਵੀ ਤੋ ਹਨੀਮੂਨ ਪਾ ਵੀ ਤੇ ਜਾਣਾ ਆਪਣੇ ਆਪ ਗੱਲ ਆਪਣੇ ਆਪ ਨਾਲ ਗਈ ਹੈ ਨਾ ਆਪਣੇ ਆਪ ਨਾਲ ਜਾਂਦਾ ਹੀ ਨੀ ਹੈ ਪਤਾ ਹੀ ਨੀ ਆਪਣੇ ਆਪ ਨਾਲ ਕਿਆ ਲੋੜ ਹੈ ਤੂੰ ਕੱਲੀ ਹੈ ਜਦ ਨਾ 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 ਉਹ ਤਾਂ ਸੋਸ਼ਲ ਮੀਡੀਆ ਤੇ ਆਰਟੀਕਲ ਜਿਹੜਾ ਉਹ ਇਕੁਐਲਿਟੀ ਲੋਕਾਂ ਨੂੰ ਦੱਸਣਾ ਵੀ ਇਕੁਐਲਿਟੀ ਅਲੱਗ ਚੀਜ਼ ਆ ਤੇਰਾ ਸਮਾਰਟਨੈਸ ਆ ਡਿਸੀਜਨ ਮੇਕਿੰਗ ਉਹ ਅਲੱਗ ਚੀਜ਼ ਆ ਜੇ ਕਿਸੇ ਗਲੀ ਮਾ ਚੋਰ ਚੱਕੇ ਗੋਲੀਬਾਜ ਮਾ ਪਤਾ ਵੀ ਫਾਇਰਿੰਗ ਹੋ ਰਹੀ ਉਰਾ ਜੇ ਮਾ ਚੋਕਰੀ ਨੂੰ ਕਿਹਾ ਵੀ ਉਰੇ ਨੂੰ ਨਾ ਲੱਗੀ ਸ਼ਾਰਟਸ ਵਗੈਰਾ ਪਾਗਾ ਵੀ ਉਰਾ ਐਸੀ ਉਹ ਰੇਪਿਸ ਟਾਈਪ ਆਫ ਲੋਕ ਵਾਲੀ ਗਲੀ ਆਇਓ ਉਹ ਤਾਂ ਮੂਰੇ ਕਹਿੰਦੀ ਮੇਰਾ ਹੱਕ ਹੈ ਮੇਰਾ ਫੈਮਿਨਿਜ਼ਮ ਹੈ ਮੈਂ ਤਾਂ ਇਕੁਐਲਿਟੀ ਮਾ ਬਲੀਵ ਕਰੂੰਗਾ ਮੈਂ ਤਾਂ ਸ਼ਾਰਟ ਪਾ ਕੇ ਲੰਘੂਗੀ ਉਰ ਤੇ ਲੰਘ ਜਾ ਫਿਰ ਨਹੀਂ ਇਹ ਬਈ ਉਹੀ ਚੀਜ਼ ਆ ਜੇ ਮੇਰਾ ਡੈਡੀ ਮੈਨੂੰ ਕਹਾਗਾ ਵੀ ਬਈ ਇਨ ਗਾਂ ਇਸ ਗਾਂ ਕੇ ਮੁੰਡੇ ਨਸ਼ਾ ਪੱਤਾ ਕਰਾਂ ਤੇ ਸਮੈਕ ਸਮੂਕ ਪੀਵਾਂ ਵੀ ਇਨ ਤੇ ਦੂਰੋਂ ਰਹੀਏ ਜੇ ਮੈਂ ਨਹੀਂ ਕਹਾਂ ਨਹੀਂ ਡੈਡੀ ਤਾਂ ਫੁੱਦੂ ਮੈਂ ਤਾਂ ਯਾਰੀ ਲਾਉਂਗਾ ਉਹਨਾਂ ਕੇ ਤੇ ਮੇਰਾ ਡੈਡੀ ਕਹਾ ਮੇਰਾ ਹੱਕ ਆ ਇਕੁਐਲਿਟੀ ਆ ਮੇਰਾ ਨਾ ਉਦੋਂ ਤਾਂ ਮਤਲਬ ਤੇਰਾ ਮਾੜੀ ਹੋ ਗਈ ਉਹਨਾਂ ਨਾਲ ਹੈਂਗ ਆਊਟ ਕਰਕੇ ਫਿਰ ਡੈਡੀ ਨੂੰ ਕੀ ਕਿਉਂ ਕਿਉਂ ਆ ਗਿਆ ਸਰ ਲੈ ਲੈ ਮਜਾ ਹੋ ਗਿਆ ਮੇਰੇ ਡੈਡੀ ਨਹੀਂ ਕਹਿਣਾ ਚੱਲ ਬੁੱਗੇ ਫਿਰ ਤਾਂ ਇਹਨੇ ਇਕੁਐਲਿਟੀ ਮੈਂ ਬਿਲੀਵ ਕਰਨਾ ਤਾਂ ਚੱਲ ਫਿਰ ਜੇ ਸਮੈਂ ਮੈਂ ਵੀ ਇਕੁਐਲਿਟੀ ਮੈਂ ਕਰੂ ਚਲੋ ਉਹਨਾਂ ਕਹਿ ਲੈ ਚਲੋ ਜੇ ਬੈਂਗਲੌਰ ਚ ਨਾ ਨਿਊ ਈਅਰ ਇਵੈਂਟ ਹੁੰਦਾ ਹੁੰਦਾ ਠੀਕ ਹੈ ਉਹ ਇੱਕ ਗਰਾਊਂਡ ਜਿਹਾ ਜਿੱਥੇ ਨਿਊ ਈਅਰ ਸੈਲੀਬ੍ਰੇਸ਼ਨ ਹੁੰਦੀ ਹੈ ਹਰ ਸਾਲ ਉੱਥੇ ਨਾ ਮਾਸ ਮੋਲਿਸਟੇਸ਼ਨ ਹੁੰਦੀ ਹੈ ਰਾਤ ਨੂੰ ਵੀ ਜਿਹੜਾ ਉੱਥੋਂ ਦਾ ਬੈਚਲਰ ਕਰਾਊਡ ਹੈ ਤੈਨੂੰ ਪਤਾ ਹੀ ਹੈ ਬੈਂਗਲੌਰ ਵਾਲੇ ਦੇਖੀ ਨੇ ਵੀ ਉਹ ਮੋਸਟਲੀ ਸਿੰਗਲ ਨੇ ਉਹ ਠੀਕ ਹੈ ਤੇ ਜਿਹੜਾ ਉੱਥੋਂ ਦਾ ਬੈਚਲਰ ਕਰਾਊਡ ਹੈ ਵੀ ਉੱਥੇ ਜਿਹਦੇ ਕਪਲ ਸੈਲੀਬ੍ਰੇਟ ਕਰਨ ਆਉਂਦੇ ਨੇ ਨਿਊ ਈਅਰ ਉਹ ਗਰਾਊਂਡ 'ਚ ਉੱਥੇ ਆਖੋ ਫਿਰ ਇਸ ਵੇਲੇ ਫਿਰ ਹਜ਼ਾਰਾਂ ਦੀ ਭੀੜ 'ਚ ਕੁੜੀਆਂ ਛੇੜਦੇ ਨੇ ਉਹ ਓਬਵੀਅਸਲੀ ਹੋਰ ਕੀ ਹੋਊਗਾ ਹੁਣ ਹਰ ਸਾਲ ਸਰਕਾਰ ਪੁਲਿਸ ਕਹਿੰਦੀ ਹੈ ਵੀ ਅਵੋਇਡ ਕਰੋ ਵੀ ਤੁਸੀਂ ਨਿਊ ਈਅਰ ਮਨਾਉਣਾ ਆਪਦੇ ਫਲੈਟ 'ਚ ਮਨਾਉਣਾ ਆਪਦੀ ਸੋਸਾਇਟੀ 'ਚ ਮਨਾਉਣਾ ਨਾ ਜਾਓ ਪਰ ਉੱਥੋਂ ਦੀ ਜਿਹੜੀ ਫੈਮਿਨਿਜ਼ਮ ਸੋਸਾਇਟੀ ਉਹ ਕਹਿੰਦੇ ਇਹ ਕੀ ਗੱਲ ਬਣੀ ਆਪਾਂ ਕਰਾਂਗੇ ਅਸੀਂ ਤਾਂ ਉੱਥੇ ਮਨਾਵਾਂਗੇ ਜਾ ਕੇ ਅਸੀਂ ਤਾਂ ਬਸ ਫਿਰ ਮਨਾਓ ਮਨਾਓ ਫਿਰ ਮਨਾਓ ਮਿਲੋ ਔਰ ਫਿਰ ਜਿਹੜੇ ਕਹਿੰਦੇ ਨੇ ਮਿਲੋ ਮਿਲੋ ਜੇ ਕੋਈ ਐਂ ਕਹਿੰਦੇ ਤੁਸੀਂ ਕਿਉਂ ਗਏ ਫਿਰ ਕਿਸੇ ਵਿਕਟਿਮ ਬਲੇਮਿੰਗ ਕਰ ਰਹੇ ਵੀ ਕਿਤੋਂ ਨਾਲ ਮਾੜੀ ਹੋ ਗਈ ਪਰ ਤੁਸੀਂ ਵੀ ਜੇ ਤੁਹਾਨੂੰ ਕੋਈ ਮਾੜਾ ਡਿਸੀਜਨ ਕਰਨ ਤੋਂ ਰੋਕ ਰਿਹਾ ਹੈ ਉਹ ਫੁੱਦੂ ਕਿਵੇਂ ਹੋ ਸਕਦਾ ਉਹ ਹੈ ਤੁਸੀਂ ਫੁੱਦੂ ਹੈ ਜਦ ਫਿਲਮ ਕੇ ਉੱਪਰ ਲਿਖਿਆ ਹੋਇਆ ਹੈ ਵੀ 18 ਪਲੱਸ ਹਾਂ ਜੇ ਫਿਰ ਉਸਦੇ ਬਾਅਦ ਦੇਖਣੀ ਹੈ ਦੇਖੋ ਫਿਰ ਉਹਦਾ ਲਿਖਿਆ ਵਾ ਵੀ ਨਾ ਟੱਚ ਨਾ ਕਰੋ ਫਿਰ ਤੂੰ ਕਹੀਂ ਮੇਰੀ ਭਾਵਨਾ ਮਾ ਹਟ ਹੋ ਗਈ ਫਿਲਮ ਦੇਖ ਕੇ ਫਿਰ ਤੂੰ ਫੁੱਦੂ ਹੈ ਨਾ ਜੇ ਤੂੰ ਲਿਖਿਆ ਵੀ ਨਾ ਜਾ ਉੱਥੇ ਬਈ ਜੇ ਲਿਖਿਆ ਹੋਇਆ ਵੀ 18 ਪਲੱਸ ਫਿਰ 10 ਸਾਲ ਦਾ ਹੋ ਕੇ ਕਿਉਂ ਦੇਖ ਰਿਹਾ ਤੂੰ ਪਰ ਉਹ ਚੀਜ਼ ਹੈ ਕਿ ਆਪਦੀ ਡਿਸੀਜਨ ਮੇਕਿੰਗ ਨਹੀਂ ਆਪਦੀ ਰਿਸਪੋਨਸਿਬਿਲਟੀ ਨਹੀਂ ਹੈ ਲੋਕਾਂ ਦੀ ਵੀ ਮੈਂ ਆਹ ਡਿਸੀਜਨ ਲਿਆ ਯਾਰ ਜਿਹੜੀ ਯਾਰ ਨੇ ਕੁੜੀਆਂ ਇਕੁਐਲਿਟੀ ਆ ਹੋਰ 3600 ਪੰਗੇ ਕਹਾਂ ਅੱਜ ਕੱਲ੍ਹ ਜਿਹੜੀ ਵਧੀਆ ਕੁੜੀ ਆ ਉਹਨੂੰ ਸਭ ਪਤਾ ਆ ਵੀ ਉਹ ਆਪਣਾ ਜਿਹੜੀ ਉਰਾ ਕਿਆ ਨਾਮ ਉਸਕਾ ਬਿਜ਼ਨਸ ਕਲਚਰ ਆਪਣੇ ਉਰਾ ਆਸ ਪਾਸ ਕੰਮ ਕਰਨ ਵਾਲੇ ਉਰਾ ਹੋਰ ਕੱਪੜੇ ਪਾ ਲੇਗੇ ਮਾਡਰਨ ਕੱਪੜੇ ਹੀ ਪਾ ਲੇਗੇ ਜੇ ਉਹਨੂੰ ਅਕਲ ਹੈ ਆ ਤਾਂ ਉਹ ਗਾਂਵਾਂ ਜਿਹੜੇ ਗਾਂਵਾਂ ਲਾਈਕ ਆਪਣੇ ਘਰ ਕਹਿੰਗੇ ਸਾਹਮਣੇ ਕੱਪੜੇ ਪਾਵਾਂ ਜਾਂ ਕੁਝ ਵੀ ਪਾਵਾਂ ਤਾਂ ਉਹ ਵੀ ਪਾ ਲੇਗੀ ਉਹ ਕਾਮਨ ਸੈਂਸ ਵੀ ਉਹਨੂੰ ਪਤਾ ਕੁੜੀ ਨੂੰ ਵੀ ਕਹਾਂ ਕਿਹੜੀ ਜਗ੍ਹਾ ਤੇ ਕਿਹੜੇ ਕੱਪੜੇ ਪਾਉਣੇ ਨੇ ਜੇ ਪਾਰਟੀ ਤੇ ਜਾਊਗੀ ਉਹ ਠੀਕ ਹੈ ਜੇ ਮਤਲਬ ਪਾਰਟੀ ਵਾਲੇ ਸਲਵਾਰ ਕਮੀਜ਼ ਪਾ ਕੇ ਉਹਨੂੰ ਕਹੇਗਾ ਵੀ ਡਿਸਕੋ ਮਾ ਜਾ ਰਿਹਾ ਡਿਸਕੋ ਮਾ ਜਾ ਰਿਹਾ ਫਿਰ ਉਹ ਤਾਂ ਦੈਟ ਇਜ਼ ਫਿਰ ਉਹ ਤਾਂ ਬੰਦਾ ਹੀ ਫੁੱਦੂ ਆ ਮੈਂ ਕਹਿੰਦਾ ਵੀ ਕੁੜੀਆਂ ਕੀ ਜਿਹੜੀ ਕੁਆਲਿਟੀ ਆ ਵੀ ਇਸ ਤਰ੍ਹਾਂ ਕੀ ਵੀ ਮਤਲਬ ਘੈਂਟ ਕੁੜੀਆਂ ਇਹ ਮਾਮਲੇ 'ਚ ਮੁੰਡੇ ਵੀ ਉਹ ਫੁੱਦੂ ਹੁੰਦੇ ਨੇ ਮੁੰਡੇ ਤਾਂ ਹੀ ਆ ਕਿਸਾ ਹੁੰਦਾ ਵੈ ਮੁੰਡੇ ਨੂੰ ਸਹੇਲੀ ਤਾਂ ਚਾਹੀਦੀ ਆ ਵਨ ਪੀਸ ਪਾਉਣ ਵਾਲੀ ਠੀਕ ਹੈ ਫਿਰ ਵਿਆਹ ਕਰਾ ਕੇ ਇੱਕ ਸੂਟ ਸਵਾਰ ਪਾਗਦਾ ਮੈਨੂੰ ਸਾਡੇ ਵਾਲੇ ਰੇਟ ਤੋਂ ਇੰਨੇ ਕੁ ਮੈਸੇਜ ਆਉਂਦੇ ਨੇ ਕਿ ਯਾਰ ਹੀ ਬਤੇਰੇ ਦੇਖਿਆ ਇਹ ਇਵਨ ਪਰਸਨਲ ਦੇਖੀ ਬਾਈ ਨਾ ਮੇਰਾ ਹਸਬੰਡ ਨਾ ਪਹਿਲਾਂ ਤਾਂ ਮੈਨੂੰ ਕਹਿੰਦਾ ਹੁੰਦਾ ਸੀ ਵੀ ਕੁਝ ਵੀ ਪਾ ਕੁਝ ਵੀ ਕਹਿੰਦੇ ਹੁਣ ਵਿਆਹ ਹੋ ਗਿਆ ਹੁਣ ਉਹਦੀ ਘਰੇ ਰਹਿਣਾਂਗੇ ਹੁਣ ਮੈਨੂੰ ਕੁਝ ਵੀ ਨਹੀਂ ਪਾਉਣ ਦਿੰਦਾ ਹੈਗਾ ਛੱਡਦੇ ਸਾਲੇ ਨੂੰ ਕਹਿੰਦੇ ਤੂੰ ਤਾਂ ਮੈਨੂੰ ਜੀਨਸ ਵੀ ਨਹੀਂ ਪਾਉਣ ਦਿੰਦਾ ਹੈਗਾ ਮਿਊਚੁਅਲ ਅੰਡਰਸਟੈਂਡਿੰਗ ਦੇ ਦੇ ਗਰਲਫ੍ਰੈਂਡ ਉਹਨਾਂ ਨੂੰ ਸ਼ਾਰਟ ਵਾਲੀ ਵਨ ਪੀਸ ਵਾਲੀ ਜੀਨਸ ਵਾਲੀ ਚਾਹੀਦੀ ਵਿਆਹ ਕਰਾਣੇ ਕੇ ਬਾਅਦ ਵੀ ਹੋਰ ਲੋਕ ਨਾ ਦੇਖਾ ਸੂਟ ਪਾ ਲਿਆ ਆਪਣਾ ਅੱਜ ਘਰਾਂ ਜਗ੍ਹਾ ਕਰੂੰਗਾ ਮੈਂ ਕੁਛ ਕੁੜੀਆਂ ਤੋਂ ਅੱਜ ਮੈਂ ਮਾਰ ਮਾਰ ਕੰਮ ਨਹੀਂ ਕਰਾਂ ਕੁੱਟ ਕੁੱਟ ਕੰਮ ਨਹੀਂ ਕਰ ਦੇਣੀ ਆ ਮੈਂ ਜਿਹੜਾ ਇੱਕ ਰੀਲ ਵਾਲਾ ਅੱਜ ਦੇਣੀ ਮੈਂ ਜਾਣ ਸਕਦਾ ਸਾਰੇ ਕੱਪੜੇ ਲੈ ਕੇ ਮੈਂ ਚੂਜ਼ ਕਰੂੰ ਕਿਹੜੇ ਪਾਉਣੇ ਤੈਨੂੰ ਮੈਂ ਪਾਉਣਾ ਜੀਨਾ ਹੋਰ ਥੰਬ ਵੀ ਕੁਛ